ਗੁਰਬਾਣੀ ਪਸਾਰਨ ਦੇ ਮਸਲੇ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੇ ਨਾਲ ਵੀ ਮੁਲਾਕਾਤ ਕੀਤੀ ਵਫ਼ਦ ਦੀ ਅਗਵਾਈ ਐਸਜੀਬੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਇਸ ਮੁਲਾਕਾਤ ਤੋਂ ਬਾਅਦ ਧਾਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਗਵਰਨਰ ਸਾਹਿਬ ਨੂੰ ਕਿਹਾ ਕਿ ਵਿਧਾਨ ਸਭਾ ਦੇ ਵਿੱਚ ਸਰਕਾਰ ਨੇ ਜਿਹੜਾ ਸਿੱਖ ਗੁਰਦੁਆਰਾ ਸੋਧ ਐਕਟ ਪਾਸ ਕੀਤਾ ਹੈ ਤੁਸੀਂ ਇਸ ਨੂੰ ਪ੍ਰਵਾਨ ਕਰਨ ਦੀ ਬਜਾਏ ਇਸ ਨੂੰ ਖਾਰਜ ਕਰ ਦਿਓ ਕਿਉਂਕਿ ਸਿੱਖ ਗੁਰਦੁਆਰਾ ਐਕਟ ਕੇਂਦਰ ਦਾ ਮੁੱਦਾ ਹੈ ਸਟੇਟ ਸਬਜੈਕਟ ਹੀ ਨਹੀਂ ਹੈ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਸਿਰਫ ਦੇਸ਼ ਦੀ ਪਾਰਲੀਮ ਸੋਧ ਕਰ ਸਕਦੀ ਹੈ ਪਰ ਪੰਜਾਬ ਸਰਕਾਰ ਨੇ ਕਹਿੰਦੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਸੋਧ ਕੀਤੀ ਹੈ ਪਾਰਲੀਮੈਂਟ ਵੀ ਕਹਿੰਦੇ ਤਾਂ ਸੋਧ ਕਰ ਸਕਦੀ ਹੈ ਜੀਐਸਜੀਪੀਸੀ ਦੇ اجلاس ਦੇ ਵਿੱਚ ਮਤਾ ਪਾਸ ਹੋਵੇ ਇਸੇ ਲਈ ਕਹਿੰਦੇ ਅਸੀਂ ਰਾਜਪਾਲ ਨੂੰ ਕਿਹਾ ਹੈ ਕਿ ਜਦੋਂ ਤੁਹਾਡੇ ਤੋਂ ਸੋਧ ਵਾਲਾ ਬਿੱਲ ਤੁਹਾਡੇ ਕੋਲ ਸੋਧ ਵਾਲਾ ਬਿੱਲ ਆਵੇਗਾ ਤਾਂ ਇਸ ਨੂੰ ਨਾਮਨਜ਼ੂਰ ਕਰ ਦਿੱਤਾ ਜਾਵੇ ਇਹ ਐਸਜੀਪੀਸੀ ਦੀ ਮੰਗ ਹੈ ਪੰਜਾਬ ਸਰਕਾਰ ਨੇ 20 ਜੂਨ ਨੂੰ ਵਿਧਾਨ ਸਭਾ ਦੇ ਖਾਸ اجلاس ਦੇ ਵਿੱਚ ਸਿੱਖ ਗੁਰਦਾਰ ਐਕਟ 125 ਦੇ ਵਿੱਚ ਸੈਕਸ਼ਨ 125 ਏ ਧਾਰਾ ਜੋੜ ਕੇ ਇਹਦੇ ਵਿੱਚ ਸੋਧ ਕੀਤੀ ਹੈ ਜਿਸ ਨੂੰ ਐਸਜੀਪੀਸੀ ਨੇ ਖਾਰਜ ਕਰ ਦਿੱਤਾ ਹੈ ਕਈ ਵਿਰੋਧੀ ਪਾਰਟੀਆਂ ਨੇ ਵੀ ਸਖਤ ਇਤਰਾਜ਼ ਜਤਾਇਆ ਹੈ ਤੇ ਉਹਦੀ ਜਿਹੜੀ ਪਰਵਾਸਾ ਕਰਦੇ ਸਾਫ ਸੂਰਤ ਕੌਣ ਹੁੰਦਾ ਜਿਹੜਾ ਰੋਮਾਂ ਦੀ ਬਿਆਦਬੀ ਨਾ ਕਰਦਾ ਹੋਵੇ ਤੇ ਫਿਰ ਸਿਰ ਤੇ ਦਸਤਾਰ ਹੋਵੇ ਤੇ ਇਹਨੂੰ ਐਲੈਬੋਰੇਟ ਫਿਰ ਗੁਰੂ ਪੰਥ ਦਾਸਮ ਪਾਤਸ਼ਾਹ ਨੇ ਖੰਡੇ ਬਾਟੇ ਦੀ ਪੌੜ ਦੇ ਕੇ ਕਕਾਰਾਂ ਦੀ ਬਿਆਦਬੀ ਨਹੀਂ ਕਰਨੀ ਇਹਨੂੰ ਸੰਪੂਰਨ ਕੀਤਾ ਤੇ ਫਿਰ ਆਪਾਂ ਮੁੱਖ ਮੰਤਰੀ ਵੀ ਹਾਂ ਤੇ ਫਿਰ ਆਪਾਂ ਉੱਥੇ ਹਾਊਸ ਦੇ ਵਿੱਚ ਮੈਂ ਤਾਂ ਕਹਿੰਦਾ ਨਹੀਂ ਤੁਸੀਂ ਦੇਖਿਆ ਹੁਣ ਕਿਵੇਂ ਉਹ ਜਿਹੜਾ ਆ ਸਾਰਾ ਉਹ ਸੀਨ ਜਿਹਾ ਸਿਨੈਰੀਓ ਜਿਹਾ ਬਣਾਇਆ ਸੋ ਅਸੀਂ ਆਪਣੇ ਗਵਰਨਰ ਸਾਹਿਬ ਨੂੰ ਮੈਮੋਰੰਡਮ ਦੇ ਕੇ ਆਏ ਆ ਉਹ ਹੁਣ ਦੇਖਦੇ ਆ ਉਹਤੇ ਗਾਹਾਂ ਕੀ ਐਕਸ਼ਨ ਕਰਦੇ ਆ ਪ੍ਰਧਾਨ ਸਾਹਿਬ ਤੁਸੀਂ ਕਹੇ ਪਈਏ ਪਾਰਲੀਮੈਂਟ ਪ੍ਰਧਾਨ ਸਾਹਿਬ ਤੁਸੀਂ ਕਹਿਆ ਵੀ ਪਾਰਲੀਮੈਂਟ ਹੀ ਇਸ ਨੂੰ ਚੇਂਜ ਕਰ ਸਕਦੀ ਆ ਇਹਦੇ ਬਾਰੇ ਤੁਸੀਂ ਕਾਨੂੰਨੀ ਕਿਹੜੀ ਕਾਰਵਾਈ ਕੀ ਕਰੋਗੇ ਦੂਸਰਾ ਇਹ ਆ ਵੀ ਦਾੜੀ ਦੇ ਬਾਰੇ ਜਿਹੜਾ ਉਹਨਾਂ ਨੇ ਉੱਤੇ ਵਿਧਾਨ ਸਭਾ ਦੇ ਵਿੱਚ ਕਿਹਾ ਉਹਦੇ ਬਾਰੇ ਤੁਸੀਂ ਕੋਈ ਮਾਨ ਹਾਨੀ ਦਾ ਜੋ ਦੇਖੋ ਦੇਖੋ ਜਿਹੜੇ ਉਹਨਾਂ ਦੇ ਬਿੱਲ ਵਾਲੀ ਗੱਲ ਆ ਉਹ ਸਾਡਾ ਰਾਈਟ ਲੀਗਲ ਜਿਹੜਾ ਅੱਜ ਇਹੋ ਹੀ ਬਣਦਾ ਸੀ ਕਿਉਂਕਿ ਇਹਨਾਂ ਕੋਲ ਬਿੱਲ ਆਉਣਾ ਆ ਅਪਰੂਵਲ ਲਈ ਅਸੀਂ ਲੀਗਲ ਤੌਰ ਤੇ ਇਹ ਜਿਹੜੇ ਸਾਰੇ ਦਰਵਾਜ਼ਿਆਂ ਦੇ ਵਿੱਚੋਂ ਕੀ ਨਿਕਲਦਾ ਉਸ ਤੋਂ ਬਾਅਦ ਫੇਰ ਦੇਖਾਂਗੇ ਕੀ ਗਾਹਾਂ ਦਾ ਪ੍ਰੋਸੈਸ ਆ ਸੋ ਦੂਜੀ ਗੱਲ ਇਹ ਅਸੀਂ ਹੁਣ ਬੈਠ ਕੇ 26 ਤਰੀਕ ਨੂੰ ਹਾਊਸ ਸਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਹਾਊਸ ਜਿਹੜੇ ਸਾਰੇ ਮੈਂਬਰ ਆਉਣਗੇ ਸੁਵਿਧਾਨ ਸਭਾ ਦੇ ਵਿੱਚ ਗੁਰਬਾਣੀ ਪ੍ਰਸਾਰਨ ਦਾ ਬਿੱਲ ਪਾਸ ਹੋਣ ਤੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਿੱਥੇ ਰਾਜਪਾਲ ਦੇ ਨਾਲ ਮੁਲਾਕਾਤ ਕਰਕੇ ਇਸ ਬਿੱਲ ਨੂੰ ਨਾ ਮੰਨਜ਼ੂਰ ਕਰਨ ਦੀ ਅਪੀਲ ਕੀਤੀ ਹੈ ਉੱਥੇ ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਿਹਾ ਸੀ ਕਿ ਸਾਨੂੰ ਇਸ ਤਰ੍ਹਾਂ ਦੀਆਂ ਸਥਿਤੀਆਂ ਬਣਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਹੁਣ ਪੰਥਕ ਸੇਵਕ ਜਾਰੂ ਸ਼ਖਸੀਅਤਾਂ ਨੇ ਸਰਕਾਰ ਤੇ ਐਸਜੀਪੀਸੀ ਦੋਵਾਂ ਨੂੰ ਗਲਤ ਦੱਸਦੇ ਹੋਏ ਕਰੜੇ ਹੱਥੀ ਲਿਆ ਹੈ ਇਹਨਾਂ ਸ਼ਖਸੀਅਤਾਂ ਕਿ ਹੈ ਕਿ ਗੁਰਦੁਆਰਾ ਐਕਟ ਦੇ ਵਿੱਚ ਸੋਧ ਭਗਵੰਤ ਮਾਨ ਦਾ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਪੂਰਾ ਪੂਰਾ ਦਖਲ ਹੈ ਪਰ ਐਸਜੀਪੀਸੀ ਵੱਲੋਂ ਕੀਰਤਨ ਪ੍ਰਚਾਰਨ ਦੇ ਲਈ ਟੈਂਡਰਾਂ ਦੀ ਗੱਲ ਵੀ ਬਾਦਲ ਪਰਵਾਰ ਨੂੰ ਲਾਹਾ ਦਿਵਾਉਣ ਵਾਲੀ ਗੁਰਮਤ ਵਿਰੋਧੀ ਸੋਚ ਹੀ ਹੈ। ਪੰਤਕ ਸ਼ਖਸੀਅਤਾਂ ਭਾਈ ਦਲਜੀਤ ਸਿੰਘ ਬਿੱਟੂ ਭਾਈ ਨਰੈਣ ਸਿੰਘ ਸਮੇਤ ਹੋਰਨਾਂ ਨੇ ਕਿਹਾ ਕਿ ਪੈਸੇ ਦੀ ਥਾਂ ਨਿਰੋਲ ਧਾਰਮਿਕ ਚੈਨਲ ਗੁਰਬਾਣੀ ਦਾ ਪ੍ਰਸਾਰਣ ਕਰੇ ਤੁਰਕੀ ਪਵਿੱਤਰ ਗੁਰਬਾਣੀ ਦਾ ਪ੍ਰਸਾਰਣ ਕਰਨ ਲਈ ਅਜਿਹਾ ਪ੍ਰਬੰਧ ਸਿਰਜਿਆ ਜਾਵੇ ਕਿ ਗੁਰਬਾਣੀ ਪ੍ਰਸਾਰਣ ਸਿੱਖਾਂ ਦੇ ਆਪਣੇ ਅਜਿਹੇ ਚੈਨਲ ਤੋਂ ਹੋਵੇ ਜਿਹੜਾ ਨਿਰੋਲ ਗੁਰਬਾਣੀ ਕੀਰਤਨ ਕਥਾ ਤੇ ਗੁਰ ਇਤਿਹਾਸ ਸਮੇਤ ਸਿੱਖ ਇਤਿਹਾਸ ਦੇ ਧਾਰਮਿਕ ਸਮਾਗਮ ਹੀ ਦਿਖਾਵੇ ਕੋਈ ਵੀ ਜਿਹੜਾ ਵਿਕਾਰੀ ਪ੍ਰੋਗਰਾਮ ਹੈ ਉਹ ਪ੍ਰਸਾਰਿਤ ਨਾ ਕੀਤਾ ਜਾਵੇ ਨਾਲ ਹੀ ਉਹਨਾਂ ਨੇ ਸਵਾਲ ਖੜਾ ਕੀਤਾ ਕਿ ਐਸਜੀਪੀਸੀ ਦੇ ਕੋਲ ਸਭ ਕੁਝ ਮੌਜੂਦ ਹੈ ਫਿਰ ਐਸਜੀਪੀਸੀ ਆਪਣਾ ਧਾਰਮਿਕ ਚੈਨਲ ਕਿਉਂ ਨਹੀਂ ਲਿਆ ਰਹੀ ਐਸਜੀਪੀਸੀ ਕਿਉਂ ਟੈਂਡਰ ਕਰਵਾ ਰਹੀ ਹੈ ਜਦ ਕਿ ਐਸਜੀਪੀਸੀ ਆਪਣਾ ਚੈਨਲ ਬੜੇ ਹੀ ਆਰਾਮ ਦੇ ਨਾਲ ਚਲਾ ਸਕਦੀ ਹੈ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੁਮਾ ਨੇ ਵੀ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਹੈ ਕਿ ਉਹ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਦੇਣ ਤੋਂ ਗੁਰੇਸ ਕਰਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਜਿਹੜਾ ਦਾੜੇ ਨੂੰ ਲੈ ਕੇ ਬਿਆਨ ਦਿੱਤਾ ਸੀ ਉਹ ਵੀ ਮੁੱਖ ਮੰਤਰੀ ਦਾ ਪਿੱਛਾ ਨਹੀਂ ਛੱਡ ਰਿਹਾ ਹਰਨਾਮ ਸਿੰਘ ਤੁਮਾ ਨੇ ਭਗਵੰਤ ਮਾਨ ਨੂੰ ਦਾੜੀ ਤੇ ਕੇਸਾਂ ਬਾਰੇ ਕੀਤੀ ਟਿੱਪਣੀ ਦੇ ਲਈ ਸਮੁੱਚੀ ਸਿੱਖ ਕੌਮ ਤੋਂ ਮਾਫੀ ਮੰਗਣ ਦੇ ਲਈ ਵੀ ਕਿਹਾ ਹੈ ਅਕਾਲੀ ਦਲ ਦੀ ਐਮਪੀ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਮੁੱਦੇ ਤੇ ਮੁੱਖ ਮੰਤਰੀ ਨੂੰ ਤਿੱਖੇ ਸਵਾਲ ਕੀਤੇ ਨੇ ਫੇਸਬੁੱਕ ਪੇਜ ਤੇ ਖਿਆ ਕਿ ਮੈਨੂੰ ਯਕੀਨ ਨਹੀਂ ਆ ਰਿਹਾ ਕਿ ਦਸ਼ਮੇਸ਼ ਪਿਤਾ ਦੇ ਵੱਲੋਂ ਬਖਸ਼ੀ ਖਾਲਸਾ ਪਹਿਚਾਣ ਦੇ ਅਣਖੜਵੇਂ ਅੰਗ ਦਾੜਾ ਸਾਹਿਬ ਦੀ ਕਿਸੇ ਨਾਸਤਿਕ ਹੰਕਾਰੀ ਹੁਕਮਰਾਨ ਦੇ ਵੱਲੋਂ ਭਰੀ ਦੁਨੀਆ ਦੇ ਸਾਹਮਣੇ ਚਿੱਟੇ ਦਿਨ ਇਸ ਤਰ੍ਹਾਂ ਸ਼ਰਿਆਮ ਖਿੱਲੀ ਉਡਾਈ ਜਾਵੇ ਤੇ ਅਸੀਂ ਸਾਰੇ ਸਿੱਖ ਚੁੱਪ ਕਰਕੇ ਬੈਠ ਜਾਈਏ ਸਾਰੀ ਸੰਗਤ ਨੂੰ ਕਹਿੰਦੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ ਤੇ ਬਹੁਤ ਤਿੱਖੇ ਸਵਾਲ ਨੇ ਜਿਹੜੇ ਉਹ ਮੁੱਖ ਮੰਤਰੀ ਦੇ ਨਾਲ ਨਾਲ ਸਿੱਖ ਕੌਮ ਨੂੰ ਵੀ ਕੀਤੇ ਨੇ ਕਹਿੰਦੇ ਜਿਸ ਦਾੜਾ ਸਾਹਿਬ ਦੀ ਭਗਵੰਤ ਮਾਨੇ ਖਿਲੀ ਉਡਾਈ ਹੈ ਉਹ ਗੁਰੂ ਚਰਨਾਂ ਦੇ ਧੂੜ ਸਾਫ਼ ਕਰੇ ਤਾਂ ਵੀ ਉਹਦਾ ਮਾਣ ਵਾਦਾ ਹੈ ਸੇ ਦਾੜੀਆਂ ਸੱਚੀਆਂ ਜੇ ਗੁਰਚਰਨੀ ਲਗਨ ਪਰ ਕਹਿੰਦੇ ਖੁਦ ਆਪਣੀ ਅਣਖ ਨੂੰ ਕਤਲ ਕਰਵਾ ਕੇ ਲਲਾਰੀ ਦੇ ਕੋਲੋਂ ਰੰਗਵਾਉਣ ਵਾਲੇ ਕਿਸੇ ਖੋਦ ਦੇ ਬੰਦੇ ਨੂੰ ਕੋਈ ਸ਼ਰਮਿੰਦਾ ਥੋੜੇ ਕਰ ਸਕਦਾ ਸੋ ਇਸ ਤਰ੍ਹਾਂ ਦੇ ਜਿਹੜੇ ਨਿੱਜੀ ਹਮਲੇ ਨੇ ਉਹ ਹੁਣ ਹਰ ਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਤੇ ਕੀਤੇ ਨੇ